ਖੇਤ ਦੇ ਵਿੱਚ ਜਾਣ ਵਾਲੇ ਰਾਹ ਨੂੰ ਲੈ ਕੇ ਇੱਕ ਨੌਜਵਾਨ ਦਾ ਸ਼ਰੇਆਮ ਤੇਜ਼ ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਤੇ ਇਲਜ਼ਾਮ ਵੀ ਇਸ ਦੇ ਨਾਲ ਲੱਗਦੀ ਜ਼ਮੀਨ ਵਾਲਿਆਂ ਦੇ ਉੱਤੇ ਹੀ ਲੱਗੇ ਨੇ। ਤਾਂ ਦੱਸ ਦਈਏ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਲੰਬੇ ਸਮੇਂ ਤੋਂ ਇਹ ਝਗੜਾ ਚੱਲਿਆ ਆ ਰਿਹਾ ਸੀ, ਪਰ ਬੀਤੇ 2 ਦਿਨ ਪਹਿਲਾਂ ਇਸ ਨੌਜਵਾਨ ਨੂੰ ਰਸਤੇ ਦੇ ਵਿੱਚ ਰੋਕ ਕੇ ਨਾਲ ਦੇ ਖੇਤਾਂ ਵਾਲਿਆਂ ਨੇ ਸ਼ਰੇਆਮ ਧਮਕੀਆਂ ਦਿੱਤੀਆਂ ਸੀ ਤੇ ਹੁਣ ਹੱਥ ਪੈਰ ਬੰਨ ਕੇ ਇਸ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਤਾਂ ਤਰਨ ਤਾਰਨ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ 5 ਮਹੀਨੇ ਪਹਿਲਾਂ ਹੀ ਇਸ ਨੌਜਵਾਨ ਦਾ ਵਿਆਹ ਹੋਇਆ ਸੀ। ਪੁਰਾਣੀ ਰੰਜਿਸ਼ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਇਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਤੇ ਨਾਲ ਲੱਗਦੀ ਜ਼ਮੀਨ ਵਾਲਿਆਂ ਦੇ ਉੱਤੇ ਹੀ ਕਤਲ ਦੇ ਇਲਜ਼ਾਮ ਲੱਗੇ ਨੇ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਕਿਹਾ ਜਾ ਰਿਹਾ ਕਿ ਜੋ ਖੇਤ ਦੇ ਵਿੱਚ ਜਾਣ ਵਾਲਾ ਰਾਹ ਹੁੰਦਾ ਉਸ ਨੂੰ ਲੈ ਕੇ ਦੋਵਾਂ ਧਿਰਾਂ ਦੇ ਵਿਚਕਾਰ ਰੰਜਿਸ਼ ਚੱਲ ਰਹੀ ਸੀ ਤੇ ਇਸੇ ਰੰਜਿਸ਼ ਨੂੰ ਦੇਖਦੇ ਹੋਏ ਹੀ ਜੋ ਉਸਨੂੰ ਮੌਤ ਦੇ ਘਾਟ ਉਤਾਰਿਆ ਗਿਆ। ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਹੁਣ ਪੁਲਿਸ ਪ੍ਰਸ਼ਾਸਨ ਦੇ ਕੋਲ ਇਨਸਾਫ ਦੀ ਗੁਹਾਰ ਲਗਾਈ ਗਈ ਹੈ। ਦੇਖੋ ਜੀ, ਮੈਂ ਤਾਂ ਇਹੋ ਕਹਿਣਾ ਚਾਹੁੰਦਾ ਵਾਂ ਕਿ ਅੱਜ ਜਿਹੜਾ ਇੱਕ ਨੌਜਵਾਨ 6 ਫੁੱਟ ਦਾ ਜਵਾਨ ਮੇਰੇ ਮਾਮੇ ਸਹੁਰੇ ਜੀ ਦਾ ਬੇਟਾ ਸੀ, ਮੈਂ ਤਰਨ ਤਾਰਨ ਵਾਸਤੇ ਕੰਮ 'ਤੇ ਗਿਆ ਸੀ। ਤਕਰੀਬਨ ਮੇਰੇ ਮਾਮਾ ਜੀ ਦੇ ਬੇਟੇ ਨੇ ਮੈਨੂੰ 4 ਵੱਜ ਗਏ ਅਤੇ ਕੁਝ ਟਾਈਮ 'ਤੇ ਫੋਨ ਲਾਇਆ, 3 ਵੱਜ ਗਏ ਅਤੇ ਕੁਝ ਟਾਈਮ 'ਤੇ ਮੈਨੂੰ ਫੋਨ ਲਾਇਆ ਵੀ ਆਹ ਗੱਲਬਾਤ ਹੋ ਗਈ ਆ, ਅਤੇ ਮੈਂ ਦਵਾ ਦਵ ਉੱਥੋਂ ਭੱਜ ਕੇ ਆਇਆ। ਜਿਸ ਟਾਈਮ 'ਤੇ ਮੈਂ ਵੇਖਿਆ ਤਾਂ ਮੇਰੀਆਂ ਧਾਵਾਂ ਨਿਕਲ ਗਈਆਂ, ਇੰਨਾ ਤਸੱਦਦ ਨਾਲ ਮਾਰਿਆ ਗਿਆ, ਇੰਨੇ ਤਸੀਹੇ ਦਿੱਤੇ, ਮੈਂ ਦੱਸ ਨਹੀਂ ਕੁਛ ਸਕਦਾ। ਕੀ ਨਾਂ ਸੀ ਵੀਰ ਦਾ ਜੀ? ਉਹਦਾ ਨਾਮ ਹੈਗਾ ਵਾ ਗੁਰਜੀਤ ਸਿੰਘ ਜੀ। ਅਤੇ ਕੀ ਗੱਲ ਹੋਈ ਹੈ ਸਾਰੀ ਜਿਹੜੀ? ਵੇਖੋ ਜੀ, ਕਹਿਣ ਦੇ ਮੁਤਾਬਕ ਇਹੀ ਗੱਲ ਹੁੰਦੀ ਆ ਕਿ ਪਿੰਡ ਦੇ ਵਿੱਚ ਕੁਝ ਇਹਨਾਂ ਦਾ ਕੋਈ ਲਾਗਡਾਟ ਸੀ ਮੇਰੇ ਹਿਸਾਬ ਦੇ ਨਾਲ, ਅਤੇ ਬਾਈ ਨੇ ਵੀ ਮਤਲਬ ਦੱਸਣ ਦਾ ਇਹਨਾਂ ਦੇ ਬ੍ਰਦਰ, ਮੈਨੂੰ ਤਾਂ ਜ਼ਿਆਦਾ ਸਥਿਤੀ ਦਾ ਪਤਾ ਨਹੀਂ, ਪਰ ਜਿਹੜਾ ਅੱਜ ਸਾਡੇ ਭਰਾ ਨਾਲ ਐਡਾ ਮਾੜਾ ਬਹੁਤ ਹੀ ਬੁਰੀ ਹਾਲਤ ਦੇ ਨਾਲ ਮਾਰਿਆ ਗਿਆ ਵਾ, ਅਤੇ ਮੈਂ ਤਾਂ ਪ੍ਰਸ਼ਾਸਨ ਨੂੰ ਇਹੋ ਗੱਲ ਕਹਿਣੀ ਚਾਹੁੰਦਾ ਵਾਂ ਕਿ 6 ਫੁੱਟ ਦੇ ਜਵਾਨ ਜਿਹੜਾ ਮਾਰ ਦਿੱਤਾ ਗਿਆ ਉਹਨੇ ਵਾਪਸ ਨਹੀਂ ਆਉਣਾ, ਪਰ ਇਸ ਤੋਂ ਜ਼ਿਆਦਾ ਜਿਹੜਾ ਵਾ ਉਹ ਜਿਹੜਾ ਸਾਨੂੰ ਜਿਹੜਾ ਪਰਿਵਾਰ ਨੂੰ ਹੋਣ ਵਾਲਾ ਘਾਟਾ ਕਦੇ ਵਾਸਤੇ ਨਹੀਂ ਪੂਰਾ ਹੋ ਸਕਦਾ। ਜਿਵੇਂ ਕਿ ਨੌਜਵਾਨ ਦੀ ਡੈੱਡ ਬੋਡੀ ਜਿਹੜੀ ਇੱਕ ਝਾੜੀਆਂ ਦੇ ਵਿੱਚੋਂ ਮਿਲੀ ਹੈ ਡਰੇਨ ਦੇ ਕੰਢੇ, ਇਸ ਸੰਬੰਧ ਮਤਲਬ ਕਿਹਨੇ ਤੁਹਾਨੂੰ ਖਬਰ ਦਿੱਤੀ? ਮੈਨੂੰ ਜੀ ਇਸ ਸੰਬੰਧੀ ਖਬਰ ਦਿੱਤੀ ਸੀ ਘੁੱਲੇ ਵੀਰ ਨੇ, ਮੇਰੇ ਮਾਮਾ ਜੀ ਦਾ ਬੇਟਾ, ਮਾਮੇ ਸਹੁਰੇ ਜੀ ਦਾ ਬੇਟਾ ਵਾ। ਉਹਨੇ ਮੈਨੂੰ 4 ਵੱਜ ਕੇ ਕੁਝ ਕੁ ਮਿੰਟਾਂ 'ਤੇ ਫੋਨ ਲਾਇਆ ਵਾ, ਅਤੇ ਉਸ ਟਾਈਮ 'ਤੇ ਮੈਂ ਦਵਾ ਦਵ ਉੱਥੋਂ ਭੱਜ ਕੇ ਆਇਆ, ਅਤੇ ਮੈਂ ਵੀਰ ਦੀ ਹਾਲਤ ਵੇਖੀ ਅਤੇ ਮੇਰੇ ਤੋਂ ਨਹੀਂ ਰਿਹਾ ਗਿਆ ਭਰਾ, ਬੁਰਾ ਹਾਲ ਹੋਇਆ। ਅਜੇ 3 ਕੁ ਮਹੀਨੇ 4 ਵਿਆਹ ਨੂੰ ਹੋਏ ਸੀ ਅਤੇ ਬੁਰਾ ਹਾਲ ਹੋਇਆ, ਬੜੇ ਤਸੀਹੇ ਦਿੱਤੇ ਗਏ ਆ। ਜਿੱਥੋਂ ਤੱਕ ਕਿ ਐਡਾ ਨੌਜਵਾਨ ਸੋਹਣਾ ਤੁਹਾਨੂੰ ਦਿਖਾ ਦਿੰਦੇ, ਉਹਦਾ ਮਤਲਬ ਵੀ ਐਡਾ ਨੌਜਵਾਨ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਵੀ ਤਸੀਹੇ ਦੇ ਦੇ ਮਾਰਿਆ ਕੁਝ ਬੋਲਿਆ ਨਹੀਂ ਜਾਂਦਾ। ਉਹਦੇ ਪੈਰ ਦੇ ਵਿੱਚ ਕੋਈ ਰੱਸੇ ਵੇਰ ਗਏ ਵਗੈਰਾ? ਬਿਲਕੁਲ ਜੀ, ਉਹਦੀਆਂ ਬਾਹਾਂ ਐਰੋ ਉੱਤੇ ਬੰਨੀਆਂ ਹੋਈਆਂ ਸੀ ਬੈਕ ਸਰਾਉਂਡ ਤੋਂ, ਅਤੇ ਲੱਤਾਂ ਨਾਲ ਵੀ, ਲੱਤਾਂ 'ਤੇ ਵੀ ਰੱਸੀਆਂ ਵਲੇਟੀਆਂ ਹੋਈਆਂ ਸੀ, ਅਤੇ ਉਹਦੇ ਮੇਰੇ ਹਿਸਾਬ ਦੇ ਨਾਲ ਜਿਹੜਾ ਵਾ ਮੈਨੂੰ ਤਾਂ ਐਂ ਲੱਗਦਾ ਜਿਸ ਤਰ੍ਹਾਂ ਵੀ ਕਰੰਟ ਕਰੁੰਟ ਸ਼ਾਇਦ ਲੱਗਾ ਵੀ, ਜਿੱਥੇ ਕਿ ਪ੍ਰੈਸਾਂ ਪਰੂਸਾਂ ਬਹੁਤ ਬੁਰੀ ਹਾਲਤ ਦੇ ਨਾਲ ਹੈ, ਮਾਰਿਆ ਗਿਆ ਕੁਝ ਕਹਿ ਨਹੀਂ ਸਕਦੇ। ਕੀ ਪ੍ਰਸ਼ਾਸਨ ਤੋਂ ਮੰਗ ਕਰਦੇ? ਬਿਲਕੁਲ ਜੀ, ਪ੍ਰਸ਼ਾਸਨ ਨੂੰ ਮੈਂ ਇਹੋ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਪ੍ਰਸ਼ਾਸਨ ਬਹੁਤ ਤਰੀਕੇ ਨਾਲ ਕਾਨੂੰਨੀ ਕਾਰਵਾਈ ਕਰ ਰਿਹਾ ਵਾ, ਅਤੇ ਮੈਂ ਤਾਂ ਇਹੀ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਸਾਨੂੰ ਗਰੀਬਾਂ ਨੂੰ ਜਿਹੜਾ ਇਨਸਾਫ ਸਿਰਫ ਅਤੇ ਸਿਰਫ ਕਾਨੂੰਨ ਦੇ ਮੁਤਾਬਕ ਜਿਹੜਾ ਇਨਸਾਫ, ਬਹੁਤ ਹੀ ਵਧੀਆ ਜਿਹੜੇ SHO ਸਾਹਿਬ ਆ ਬਹੁਤ ਵਧੀਆ ਨਾਲ ਡੀਲ ਕਰ ਰਹੇ ਆ, ਬਹੁਤ ਹੀ ਡੰਗਾਈ ਨਾਲ ਮਤਲਬ ਕਰ ਰਹੇ ਆ ਵੀ ਕੈਮਰੇ ਕੁਮਰੇ ਫੁੱਲ ਹੁੰਦਾ ਆ। ਮੈਂ ਤਾਂ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਪ੍ਰਸ਼ਾਸਨ ਦਾ ਵੀ ਜਲਦੀ ਤੋਂ ਜਲਦੀ ਜਿਹੜੇ ਦੋਸ਼ੀ ਫੜ ਕੇ ਉਹਦੇ ਅਤੇ ਉਹਨਾਂ ਨੂੰ ਸਲਾਖਾਂ ਪਿੱਛੇ ਕਰਨਗੇ। ਵੀਰ ਜੀ, ਰਣਜੀਤ ਸਿੰਘ ਮੇਰਾ ਨਾਮ, ਪਿੰਡ ਬਲੇਰ ਆਪਣਾ ਵੀਰ ਜੀ।
ਵੀਰ ਜੀ, ਜਿਹੜੇ ਵੀਰ ਦਾ ਅੱਜ ਕਤਲ ਹੋਇਆ ਵਾ ਉਹ ਤੁਹਾਡੇ ਕੀ ਲੱਗਦੇ ਸੀ ਅਤੇ ਕੀ ਸਾਰਾ ਮਸਲਾ ਜੀ? ਵੀਰ ਜੀ, ਮੇਰਾ ਵੱਡਾ ਬ੍ਰਦਰ ਸੀ ਅਤੇ ਇਹ ਆਪਣਾ ਸਾਡੇ ਲਾਗੇ ਆ ਵੀ ਨਾਲ ਹੀ ਆਪਣੀ ਇਹਨਾਂ ਦੀ ਪੈਲੀ ਹੈ ਜ਼ਿਮੀਂਦਾਰਾਂ ਦੀ, ਅਤੇ ਇਹ ਸਾਨੂੰ 8-10 ਦਿਨ ਤੋਂ ਪਹਿਲਾਂ ਇਹ ਧਮਕੀਆਂ ਮਿਲਦੀਆਂ ਰਹੀਆਂ ਸੀ ਕਿ ਇਹ ਕਿਤੇ ਪਹਿਲਾਂ ਸਾਡੀ ਕਿਤੇ ਮਾੜਾ ਮੋਟਾ ਹੋਈ ਸੀ ਕਿਤੇ ਬੋਲ ਬਾਣੀ, ਅਤੇ ਉਹ ਤੋਂ ਜ਼ਿਆਦਾ ਨਹੀਂ ਕੁਛ ਵੀ ਹੋਇਆ। ਅਤੇ ਇਹਨਾਂ ਨੇ ਉਹ ਤੋਂ ਬਾਅਦ 8-10 ਦਿਨਾਂ ਬਾਅਦ ਪਹਿਲਾਂ ਇਹਨੂੰ ਇਹ ਆਪਣਾ ਹੈਗਾ ਬੈਂਕ ਨੂੰ ਜਾਂਦੀ ਸੜਕ ਉਹਦੇ 'ਤੇ ਇਹਨੂੰ ਘੇਰਿਆ 8 ਦਿਨ ਪਹਿਲਾਂ। ਫਿਰ ਇਹ ਕਹਿੰਦੇ ਕਿ ਅੱਜ ਦੇ ਪੁੱਤ ਬਚ ਗਿਆ, ਕੱਲ੍ਹ ਫਿਰ ਕਿਤੇ ਦਿਨ ਦੇਖਾਂਗੇ। ਅਤੇ ਹੁਣ ਅਸੀਂ ਰਾਜ ਮਿਸਤਰੀ ਦਾ ਵੀਰ ਜੀ ਕੰਮ ਕਰਦੇ ਹਾਂ ਅਤੇ ਅਸੀਂ ਸੁਬਾਹ ਦੇ ਸਾਰੇ ਕੰਮ 'ਤੇ ਗਏ ਹਾਂ ਅਤੇ ਸਾਨੂੰ 4 ਵਜੇ ਫੋਨ ਆਇਆ ਕਿ ਤੁਹਾਡੇ ਭਰਾ ਦੀ ਡੈੱਡ ਬੋਡੀ ਪਈ ਆਪਣੀ ਰੋਹੀ ਦੇ ਉੱਤੇ। ਅਤੇ ਇਹ ਮੇਰੇ ਭਰਾ ਨੂੰ ਮਾਰ ਕੇ ਕਿਹਦੇ ਘਰ ਪ੍ਰੈੱਸਾਂ ਲਾਈਆਂ, ਆਹ ਜਿਹੜਾ ਮਾਸ ਆ ਇਹ ਸਾਰਾ ਲੱਥਾ ਹੈ, ਇੱਥੇ ਵੀ ਉਹਦੇ ਫਾਹ ਦਿੱਤਾ ਵਾ, ਅੱਖਾਂ ਦੇ ਵਿੱਚ ਉਹਦੇ ਤੇਜ਼ਾਬ ਪਾਇਆ, ਫਿਰ ਇੱਥੇ ਖੁੱਚਾਂ ਦੇ ਵਿੱਚ ਵੀ ਸਾਰਾ ਕੁਝ ਮਾਸ ਲੱਥਾ ਪਿਆ ਸੀ ਉਹਨਾਂ ਦਾ। ਇਹਨਾਂ ਪ੍ਰੈੱਸਾਂ ਲਾਈਆਂ, ਕਰੰਟ ਲਾਇਆ, ਬੜੀ ਬੇਰਹਿਮੀ ਦੇ ਨਾਲ ਮਾਰਿਆ। ਇਹ ਨਾਮ ਹੈਗਾ ਜੀ ਜਰਮਜੀਤ ਸਿੰਘ ਅਤੇ ਇੱਕ ਹੈਗਾ ਵਾ ਆਪਣਾ ਅੱਜੂ, ਇਹ ਬੂਟਾ ਸਿੰਘ ਦੇ ਮੁੰਡੇ ਆ। ਆ ਮਾੜੀ ਵਾਲੇ ਰਾਹ ਦੇ ਉੱਤੇ ਇਹਨਾਂ ਦੀ ਬਹਿ ਗਿਆ ਜੀ। ਇੱਕ ਵੀਰ ਜੀ ਤੁਸੀਂ ਇੱਕ ਮਿੰਟ ਕੀ ਮੰਗ ਕਰਦੇ ਵੀਰ ਜੀ? ਤੁਸੀਂ ਵੀਰ ਜੀ, ਅਸੀਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਹਾਂ ਕਿ ਇਹਨਾਂ ਦੇ ਫੁੱਲ ਕਾਰਵਾਈ ਹੋਣੀ ਚਾਹੀਦੀ ਆ। ਇਹਨਾਂ ਦੇ ਫੁੱਲ ਸਾਨੂੰ ਇਹੋ ਉਮੀਦ ਇਹਨਾਂ ਤੋਂ ਵੀ ਜੇ ਇਹਨਾਂ ਦੇ ਫੁੱਲ ਕਾਰਵਾਈ ਹੋਣੀ ਚਾਹੀਦੀ ਹੈ ਜੀ। ਜੀ ਪੁਲਿਸ ਮੌਕੇ 'ਤੇ ਆਈ ਜੀ? ਹਾਂਜੀ ਆਈ ਆ ਜੀ। ਅਤੇ ਵੀਰ ਜੀ ਵੀਰ ਦੀ ਉਮਰ ਕਿੰਨੀ ਸੀ ਕਿਤੇ ਵਿਆਹੇ ਸੀ? ਹਾਂਜੀ ਮੈਰਿਡ ਹੈਗੇ ਆ ਜੀ, ਡੇਢ ਸਾਲ ਹੋ ਗਿਆ ਉਹਨਾਂ ਦੇ ਵਿਆਹ ਹੋਏ ਨੂੰ। ਕੋਈ ਬੱਚਾ ਜੀ? ਬੱਚਾ ਨਹੀਂ ਹੈਗਾ ਜੀ। ਨਾਮ ਹੈ ਜੀ ਗੁਰਵਿੰਦਰ ਸਿੰਘ, ਪਿੰਡ ਮੇਰਾ ਬਲੇਰ ਆ। ਸਾਡੀ ਪਹਿਲਾਂ ਵੀ ਇਹਨਾਂ ਨਾਲ ਇੱਕ ਦੋ ਵਾਰ ਝਗੜਾ ਆਇਆ ਜੀ, ਠੀਕ ਹੈ। ਅਤੇ ਇਹ ਕੱਲ੍ਹ ਪਰਸੋਂ ਫਿਰ ਝਗੜੇ ਆ, ਅਤੇ ਉਸ ਝਗੜੇ ਦੇ ਵਿੱਚ ਕਿਸੇ ਬੰਦੇ ਨੂੰ ਕਹਿੰਦੇ ਕਿ ਅਸੀਂ 2 ਕਿੱਲੇ ਵੇਚ ਕੇ ਅਤੇ ਇਹਨਾਂ ਦੇ ਲਾਉਣੇ ਆ, ਠੀਕ ਹੈ। ਕਿੰਨਾ ਨਾਲ ਝਗੜਾ ਹੋਇਆ? ਕੀ ਨਾਮ? ਝਗੜਾ ਜੀ ਇਹ ਆਪਣੇ ਮਾੜੀ ਵਾਲੇ ਆ ਜੀ, ਅੱਜੂ ਅਤੇ ਜਰਮਨ। ਜਿਹੜੇ ਵੀਰ ਦਾ ਕਤਲ ਹੋਇਆ ਤੁਹਾਡਾ ਕੀ ਲੱਗਦਾ? ਬ੍ਰਦਰ ਹੈ ਜੀ ਛੋਟਾ। ਅਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਜੀ? ਜੀ ਮੈਂ ਤਾਂ ਕੰਮ 'ਤੇ ਗਿਆ ਜੀ, ਫੋਨ ਗਿਆ ਸਨ। ਆਪਾਂ ਮਿਹਨਤ ਮਜ਼ਦੂਰੀ ਕਰਨ ਵਾਲੇ ਬੰਦੇ ਹਾਂ। ਤੁਸੀਂ ਮੌਕੇ 'ਤੇ ਕੀ ਵੇਖਿਆ? ਮੌਕੇ 'ਤੇ ਗਏ, ਜਾ ਕੇ ਵੇਖਿਆ ਜੀ, ਲੱਤਾਂ ਬੰਨੀਆਂ ਹੋਈਆਂ, ਬਾਹਾਂ ਬੰਨੀਆਂ ਹੋਈਆਂ, ਬਹੁਤ ਬੁਰੀ ਹਾਲਤ ਦੇ ਨਾਲ ਮਾਰਿਆ ਨੇ। ਅਤੇ ਮੌਕੇ 'ਤੇ ਪੁਲਿਸ ਵੀ ਪਹੁੰਚੀ ਹੈ? ਹਾਂਜੀ। ਕੀ ਮੰਗ ਕਰਦੇ ਤੁਸੀਂ? ਮੰਗ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਦੋਸ਼ੀਆਂ ਨੂੰ ਸਜ਼ਾ ਦੇਣੀ ਚਾਹੀਦੀ। ਵੀਰ ਵਿਆਹ ਆ ਸੀ? ਹਾਂਜੀ। ਕਿੰਨੇ ਸਾਲਾਂ ਦਾ ਸੀ? ਇਹ ਕੋਈ 30-32 ਸਾਲ ਉਮਰ ਹੈਗੀ ਹੈ ਜੀ। ਅਤੇ ਕੋਈ ਬੱਚਾ ਵੀ ਜੀ? ਬੱਚਾ ਨਹੀਂ ਕੋਈ ਹੈ। ਵਿਆਹ ਨੂੰ ਕਿੰਨੇ ਚਿਰ ਹੋ ਗਿਆ ਜੀ? 5-6 ਮਹੀਨੇ ਹੋਏ ਜੀ। ਕੀ ਮੰਗ ਕਰਦੇ ਪ੍ਰਸ਼ਾਸਨ? ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਦੋਸ਼ੀਆਂ ਨੂੰ ਸਜ਼ਾ ਮਿਲੀ। ਬੰਦਾ ਕਤਲ ਹੋਇਆ ਸਰ, ਕੀ ਸਾਰਾ ਮਸਲਾ ਜੀ? ਸਾਨੂੰ ਇੱਕ ਸਟੇਟਮੈਂਟ ਜਿਹੜੀ ਹੈ ਸੁਰਜੀਤ ਸਿੰਘ ਨੇ ਜਿਹੜੀ ਹੈ ਰਿਕਾਰਡ ਕਰਾਈ ਹੈ, ਜਿਹਦੇ ਵਿੱਚ ਉਹਨੇ ਦੱਸਿਆ ਕਿ ਉਹਦੇ ਚਾਚੇ ਦਾ ਲੜਕਾ ਹੈ ਆਪਣੇ ਗੁਰਜੀਤ ਸਿੰਘ ਸਨ ਆਫ ਚਿੰਤਾ ਸਿੰਘ, ਵਾਸੀ ਪਿੰਡ ਬਲੇਰ। ਇਹ 9 ਵਜੇ ਸੁਬਹਾ ਆਪਣੇ ਘਰੋਂ ਜਿਹੜੀ ਤੂੜੀ ਬਣਾ ਰਹੇ ਸੀ ਉਹਦੀ ਲੇਬਰ ਨੂੰ ਰੋਟੀ ਦੇਣ ਵਾਸਤੇ ਗਿਆ ਸੀ ਅਤੇ ਬਾਅਦ ਵਿੱਚ ਵਾਪਸ ਨਹੀਂ ਆਇਆ। ਅਤੇ ਵਕਤ ਕਰੀਬ 3 ਵਜੇ ਇਹਨੂੰ ਫੋਨ ਟਰਾਈ ਕਰਨ 'ਤੇ ਜਿਹੜਾ ਇਹਦਾ ਫੋਨ ਕਿਸੇ ਅਣਜਾਣ ਵਿਅਕਤੀ ਨੇ ਚੱਕਿਆ ਅਤੇ ਉਹਨੇ ਦੱਸਿਆ ਕਿ ਇਹ ਇਸ ਬੰਦੇ ਦੀ ਜਿਹੜੀ ਡੈੱਡ ਬੋਡੀ ਹੈ ਉਹ ਡਰੇਨ ਦੇ ਲਾਗੇ ਪਈ ਹੋਈ ਹੈ। ਸੋ ਅਸੀਂ ਇਹਨਾਂ ਦੀ ਸਟੇਟਮੈਂਟ ਜਿਹੜੀ ਰਿਕਾਰਡ ਕਰਕੇ ਅਤੇ ਮੌਕੇ 'ਤੇ ਜਾ ਕੇ ਮੁਲਾਜ਼ਮ ਮੌਕਾ ਕਰਕੇ ਜੋ ਵੀ ਕਾਰਵਾਈ ਬਣਦੀ ਉਹ ਕਰਾਂਗੇ। ਸਰ, ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਜੀ? ਜੀ, ਅਸੀਂ ਜਿਹੜੀ ਡੈੱਡ ਬੋਡੀ ਹੈ ਉਹਨੂੰ ਪੋਸਟਮਾਰਟਮ ਕਰਾਉਣ ਲਈ ਅਸੀਂ ਜਿਹੜਾ ਵਾ ਉਹਨੂੰ ਡੈੱਡ ਹਾਊਸ ਪੱਟੀ ਜਿਹੜਾ ਜਮ੍ਹਾਂ ਕਰਾ ਦਿੱਤਾ ਅਤੇ ਸੁਬਹਾ ਜਿਹੜਾ ਉਹਦਾ ਪੋਸਟਮਾਰਟਮ ਕਰਾਇਆ ਜਾਏਗਾ ਕਿਉਂਕਿ ਵਕਤ ਵਗਾਹ ਹੋਵੇ।
ਸਰ